ਸਿੱਧੂ ਸਾਹਿਬ ਕੋਈ ਇੱਕ ਵੀ ਇਹੋ ਜਿਹਾ ਪ੍ਰੋਜੈਕਟ ਦੱਸਣ ਜਿਹਦੇ ਤੇ ਉਹ ਕਹਿਣ ਵੀ ਅਸੀਂ ਆਹ ਪ੍ਰੋਜੈਕਟ ਆਪ ਲਿਆਂਦਾ ਤੇ ਪੰਜਾਬ ਸਰਕਾਰ ਦੇ ਪੈਸੇ ਨਾਲ ਚੱਲ ਰਿਹਾ। ਮੈਂ ਤਾਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਵੀ ਇਹਨੂੰ ਤਾਂ ਕੰਮ ਹੈ ਵੀ ਚੋਰੀ ਛੁਪੇ ਸਕਾਣਾ, ਚੋਰੀ ਛੁਪੇ ਨਾਲ ਕੰਮ ਕਰਨਾ। ਕੈਬਨਿਟ ਮੰਤਰੀ ਸਿੱਧੂ ਵੱਲੋਂ ਨਿਗਮ ਦੇ ਕੰਮਾਂ ਦੇ ਉਦਘਾਟਨ ਖਿਲਾਫ ਕੌਂਸਲਰਾਂ ਨੇ ਖੋਲਿਆ ਮੋਰਚਾ। ਮੰਤਰੀ ਤੇ ਝੂਠੀ ਫੋਕੀ ਸ਼ੋਹਰਤ ਹਾਸਲ ਕਰਨ ਲਈ ਨਿਗਮ ਦੇ ਕੰਮਾਂ ਦੇ ਉਦਘਾਟਨ ਕਰਨ ਦਾ ਦੋਸ਼ ਲਗਾਇਆ। ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਵਿੱਚ ਨਵੇਂ ਸਿਰੇ ਤੋਂ ਸੀਵਰੇਜ ਦੀ ਮੇਨ ਲਾਈਨ ਪਾਏ ਜਾਣ ਦੇ ਕੰਮ ਦਾ ਰਸਮੀ ਉਦਘਾਟਨ ਕਰਨ ਦੀ ਕਾਰਵਾਈ ਦੇ ਖਿਲਾਫ ਨਗਰ ਨਿਗਮ ਦੀ ਕਾਬਿਜ਼ ਧਿਰ ਨੇ ਮੋਰਚਾ ਖੋਲ੍ਹ ਲਿਆ ਹੈ ਅਤੇ ਮੰਤਰੀ ਤੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਨਿਗਮ ਦੇ ਕੰਮਾਂ ਦੇ ਉਦਘਾਟਨ ਕਰਨ ਦਾ ਦੋਸ਼ ਲਗਾਇਆ ਹੈ। ਨਗਰ ਨਿਗਮ ਦੇ ਕੌਂਸਲਰਾਂ ਆਰਪੀ ਸ਼ਰਮਾ, ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਬੋਬੀ ਕੰਬੋਜ, ਪ੍ਰਕਾਸ਼ਵਤੀ, ਪਰਮਜੀਤ ਸਿੰਘ ਕਾਲੋ, ਅਰੁਣ ਸ਼ਰਮਾ, ਕੁਲਦੀਪ ਕੌਰ ਕੰਗ, ਅਸ਼ੋਕ ਚਾਰ, ਰਜਨੀ ਗੋਇਲ, ਕਮਲਜੀਤ ਕੌਰ, ਜਸਵੀਰ ਕੌਰ ਅਤਲੀ, ਗੁਰਮੁਖ ਸਿੰਘ ਸੋਹਲ, ਕਰਮਜੀਤ ਕੌਰ, ਰਮਨਪ੍ਰੀਤ ਕੌਰ, ਪਰਮਿੰਦਰ ਸਿੰਘ ਤਸਿੰਬਲੀ, ਕਮਲਜੀਤ ਸਿੰਘ ਰੂਬੀ, ਹਰਪਾਲ ਸਿੰਘ ਚੰਨਾ, ਪਰਵਿੰਦਰ ਸਿੰਘ ਸੋਹਾਣਾ ਅਤੇ ਗੁਰਮੀਤ ਕੌਰ ਨੇ ਅੱਜ ਕਿਹਾ ਕਿ ਨਗਰ ਨਿਗਮ SAS ਨਗਰ ਵੱਲੋਂ ਵਾਟਰ ਸਪਲਾਈ ਸਕੀਮ ਦੇ ਤਹਿਤ ਸ਼ਹਿਰ ਵਿੱਚ ਸੀਵਰ ਅਤੇ ਸਟਾਮ ਲਾਈਨਾਂ ਦੀ ਰੀਹੈਬਿਲੀਟੇਸ਼ਨ ਸੰਬੰਧੀ ਹਾਊਸ ਦੀ 8 ਸਤੰਬਰ 2015 ਵਿੱਚ ਹੋਈ ਮੀਟਿੰਗ ਵਿੱਚ ਬਹੁ ਸੰਮਤੀ ਨਾਲ ਮਤਾ ਪਾਸ ਕੀਤਾ ਸੀ ਅਤੇ ਇਹ ਕੰਮ ਅੰਮ੍ਰਿਤ ਸਕੀਮ ਤਹਿਤ ਕਰਵਾਇਆ ਜਾ ਰਿਹਾ ਹੈ। ਜਿਹੜੇ ਸਿੱਧੂ ਸਾਹਿਬ ਨੇ ਉਹ ਤਾਂ ਸਿੱਧੂ ਸਾਹਿਬ ਤਾਂ ਅਸਲ 'ਚ ਇਹ ਹੈ ਵੀ ਜਿਹੜਾ ਆਪਦਾ ਡਿਪਾਰਟਮੈਂਟ ਹੈ ਉੱਥੇ ਕੋਈ ਕੰਮ ਨਹੀਂ ਚੱਲ ਰਿਹਾ। ਜਿਹੜੀ ਕਾਰਪੋਰੇਸ਼ਨ ਹੈ ਤੁਸੀਂ ਸਾਰੀ ਮੋਹਾਲੀ ਦੇ ਵਿਕਾਸ ਦੇ ਉੱਤੇ ਨਿਗਾਹ ਮਾਰ ਲਓ। ਸਿੱਧੂ ਸਾਹਿਬ ਕੋਈ ਇੱਕ ਵੀ ਇਹੋ ਜਿਹਾ ਪ੍ਰੋਜੈਕਟ ਦੱਸਣ ਜਿਹਦੇ 'ਤੇ ਉਹ ਕਹਿਣ ਵੀ ਅਸੀਂ ਆਹ ਪ੍ਰੋਜੈਕਟ ਆਪ ਲਿਆਂਦਾ ਅਤੇ ਪੰਜਾਬ ਸਰਕਾਰ ਦੇ ਪੈਸੇ ਨਾਲ ਚੱਲ ਰਿਹਾ। ਦੇਖੋ ਜਿਹੜੀ ਲੋਕਲ ਗੌਰਮੈਂਟ ਹੈ ਉਹਨਾਂ ਨੂੰ ਪਤਾ ਇਹ ਵੀ ਅਕਾਲੀ ਸਰਕਾਰ ਦੇ ਜਿਹੜੇ ਅਕਾਲੀ ਮਤਲਬ ਪਾਰਟੀ ਆ ਉਹਦੇ ਧੇਰੇ 'ਤੇ ਕਾਬਜ਼ ਹੈ। ਉਹਨਾਂ ਨੇ ਹੀ ਇਹ ਸਾਰੇ ਪ੍ਰੋਜੈਕਟ ਉਲੀਕੇ ਅਤੇ ਉਹਨਾਂ ਦੇ ਪ੍ਰੋਜੈਕਟ ਉਲੀਕਿਆਂ ਦੇ ਉੱਤੇ ਜੇ ਹੁਣ ਮੰਤਰੀ ਤੁਰਿਆ ਫਿਰਦਾ ਸ਼ਹਿਰ ਹੈ, ਹੁਣ ਦੇਖੋ ਉਹਨੂੰ ਕਿਹੜਾ ਕੋਈ ਰੋਕ ਸਕਦਾ, ਜਿੱਥੇ ਮਰਜ਼ੀ ਆ ਕੇ ਕਹਿ ਦੇ ਵੀ ਆ ਮੇਰਾ ਮੇਰਾ। ਪਰ ਇਹਦੇ 'ਚ ਤੇਰੀ ਮੇਰੀ ਵਾਲੀ ਕੋਈ ਗੱਲ ਨਹੀਂ, ਆਪਦੇ ਉਹਦੇ ਸਾਰੇ ਮਹਿਕਮੇ ਦੇ ਕੰਮ ਰੁਲੇ ਫਿਰਦੇ ਨੇ। ਨਹੀਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਕ੍ਰੈਡਿਟ ਵਾਰ ਜਿਹੜੀ ਸ਼ੁਰੂ ਕਰੀ ਹੈ ਮੰਤਰੀ ਸਾਹਿਬ ਨੇ, ਚਾਹੇ ਉਹ ਜਿੰਮਾਂ ਦੇ ਮਾਮਲੇ 'ਚ ਹੋਵੇ, ਚਾਹੇ ਸੀਵਰੇਜ ਦੇ ਉਦਘਾਟਨ ਦੇ ਮਾਮਲੇ 'ਚ ਹੋਵੇ, ਉਹਨਾਂ ਨੂੰ ਇਹੋ ਜਿਹੀ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ। ਕਿਉਂਕਿ ਇਹ ਸਾਰਾ ਕੰਮ ਜਿਹੜਾ ਹੈ ਕਾਰਪੋਰੇਸ਼ਨ ਵੱਲੋਂ ਪਾਸ ਕਰਿਆ ਗਿਆ ਸੀਗਾ। ਕਾਰਪੋਰੇਸ਼ਨ ਦੇ ਸਾਰੇ MCਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੋਹਾਲੀ ਸ਼ਹਿਰ ਦੀ ਜਿਹੜੀ ਮੁਸੀਬਤ ਨੂੰ ਦੇਖਦੇ ਹੋਏ ਇਹ ਪ੍ਰੋਜੈਕਟ ਪਾਸ ਕਰਿਆ ਸੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਜਿੰਮਾਂ ਦੇ ਕੰਮ ਮਾਮਲੇ ਦੇ ਵਿੱਚ ਇੱਦਾਂ ਦੀ ਦਖਲਅੰਦਾਜ਼ੀ ਕਰੀ ਗਈ ਜਿਹੜੇ ਬਿਲਕੁਲ ਗਲਤ ਹੈ। ਜਿੰਮ ਵੀ ਕਾਰਪੋਰੇਸ਼ਨ ਵੱਲੋਂ ਪਾਸ ਕਰੇ ਗਏ, ਉੱਥੇ ਵੀ ਇਹਨਾਂ ਨੇ ਗੜਬੜ ਕਰੀ। ਹੁਣ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਹੈ, ਚਾਹੇ ਕੇਂਦਰ ਸਰਕਾਰ, ਚਾਹੇ ਪੰਜਾਬ ਸਰਕਾਰ, ਚਾਹੇ ਕਾਰਪੋਰੇਸ਼ਨ, ਇਹ 'ਚ ਕਾਰਪੋਰੇਸ਼ਨ ਦਾ ਰੋਲ ਬਹੁਤ ਬੜਾ, ਕਾਰਪੋਰੇਸ਼ਨ ਦੇ MCਾਂ ਦਾ ਰੋਲ ਹੈ। ਇਹੋ ਜਿਹੀ ਦਖਲਦਾਰੀ ਜਿਹੜੀ ਇਹ ਬਿਲਕੁਲ ਗਲਤ ਹੈ ਔਰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ। ਮਤਲਬ ਇਹ ਹਰ ਜਗ੍ਹਾ ਕ੍ਰੈਡਿਟ ਦੇ ਲੈਣ ਦੇ ਪਿੱਛੇ ਪਏ ਹੋਏ ਆ। ਆਪਣਾ ਮਹਿਕਮਾ ਸਮਰਦਾ ਨਹੀਂ ਹੈਗਾ, ਆਪਣਾ ਮਹਿਕਮਾ ਇਹਦਾ ਨਾਸ ਵੱਜਿਆ ਪਿਆ ਹੈ। ਡਿਸਪੈਂਸਰੀਆਂ ਲਾ ਲਓ, ਚਾਹੇ ਜੋ ਤੇਰੀ ਮਰਜ਼ੀ ਹਸਪਤਾਲ ਲਾ ਲਓ, ਕੋਈ ਵੀ ਲਾ ਲਓ, ਆਪਣੇ ਮਹਿਕਮੇ ਨੂੰ ਵਰਤ ਕੋਲ ਇਹਦੇ ਕੋਲ ਪੈਸੇ ਨਹੀਂ ਹੈਗੇ, ਸਾਡੇ ਸਗਣ ਪਾਸ ਕਰੇ ਕੋਈ ਮਤਿਆਂ ਦਾ ਲੈਣ ਫਿਰਦੇ ਹਾਂ। ਰਣਨੀਤੀ ਦਾ ਗੱਲ ਇਹ ਹੈ ਵੀ ਅਸੀਂ ਇਹਦੇ ਵਿੱਚ ਬਕਾਇਦਾ ਤੌਰ 'ਤੇ ਅੱਗੇ ਹੋ ਸਕਦਾ ਜਿੱਥੇ ਵੀ ਇਹ ਉਦਘਾਟਨ ਕਰੂਗਾ, ਜੇ ਸਾਡੇ ਪਾਸਕਾਰੀ ਕੰਮ ਦਾ ਉਦਘਾਟਨ ਕਰਨਗੇ ਤਾਂ ਅਸੀਂ ਜ਼ਰੂਰ ਇਹਦਾ ਘਰਾਓ ਕਰਾਂਗੇ ਅਸੀਂ। ਕੌਂਸਲਰਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਲਾਗਤ ਦਾ 50% ਕੇਂਦਰ ਸਰਕਾਰ, 30% ਰਾਜ ਸਰਕਾਰ ਤੇ 20% ਖਰਚਾ ਨਗਰ ਨਿਗਮ ਵੱਲੋਂ ਕੀਤਾ ਜਾਣਾ ਹੈ।
ਪਰੰਤੂ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਵੱਲੋਂ ਬੀਤੇ ਕੱਲ ਝੂਠੀ ਸ਼ੋਹਰਤ ਹਾਸਲ ਕਰਨ ਲਈ ਇਸ ਕੰਮ ਦਾ ਉਦਘਾਟਨ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੂਲਨ ਇਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਸਰਦਾਰ ਕੁਲਵੰਤ ਸਿੰਘ ਵੱਲੋਂ ਕੀਤਾ ਜਾਣਾ ਬਣਦਾ ਸੀ ਤੇ ਸ਼ਹਿਰ ਵਾਸੀ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਇਹ ਕੰਮ ਨਗਰ ਨਿਗਮ ਵੱਲੋਂ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਕੌਮ ਦਾ ਵਰਕ ਆਰਡਰ ਬੀਤੀ 23 ਜਨਵਰੀ ਨੂੰ ਜਾਰੀ ਕਰਕੇ ਇਹ ਕੰਮ ਮੈਸਰਸ ਓਰੀਐਂਟਲ ਸਿਰਮਿਕਸ ਐਂਡ ਰਿਫਰੈਕਟਰਸ ਪ੍ਰਾਈਵੇਟ ਲਿਮਿਟਿਡ ਨਾਮ ਦੀ ਕੰਪਨੀ ਨੂੰ ਅਲਾਟ ਕੀਤਾ ਗਿਆ ਸੀ ਅਤੇ ਇਸ ਵਿੱਚ ਸਰਦਾਰ ਬਲਵੀਰ ਸਿੰਘ ਸਿੱਧੂ ਮੰਤਰੀ ਦਾ ਕੋਈ ਰੋਲ ਨਹੀਂ ਹੈ। ਉਹਨਾਂ ਕਿਹਾ ਕਿ ਸਰਦਾਰ ਸਿੱਧੂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਮੰਤਰੀ ਹਨ, ਪਰੰਤੂ ਉਹ ਨਗਰ ਨਿਗਮ ਦੇ ਕੰਮਾਂ ਦੇ ਉਦਘਾਟਨ ਕਰ ਰਹੇ ਹਨ। ਕੌਂਸਲਰਾਂ ਨੇ ਇਲਜ਼ਾਮ ਲਗਾਇਆ ਕਿ ਸਰਦਾਰ ਸਿੱਧੂ ਵੱਲੋਂ ਪਿਛਲੇ 3 ਸਾਲਾਂ ਵਿੱਚ ਮੋਹਾਲੀ ਸ਼ਹਿਰ ਲਈ ਕੋਈ ਫੰਡ ਅਤੇ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ, ਬਲਕਿ ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੇ ਵਿਕਾਸ ਦੇ ਵੱਖ ਵੱਖ ਕਿਸਮ ਦੇ ਪਾਸ ਕੀਤੇ ਗਏ ਕੰਮਾਂ ਦੇ 200 ਦੇ ਕਰੀਬ ਲਗਾਏ ਗਏ ਟੈਂਡਰਾਂ ਨੂੰ ਰੋਕਣ ਦਾ ਕੰਮ ਕੀਤਾ ਗਿਆ ਹੈ। ਸਰਦਾਰ ਸਿੱਧੂ ਵੱਲੋਂ ਚੋਣਾਂ ਵੇਲੇ ਸ਼ਹਿਰ ਵਾਸੀਆਂ ਨਾਲ ਪ੍ਰਾਪਰਟੀ ਟੈਕਸ ਮਾਫ ਕਰਨ ਤੇ ਹੋਰ ਕੀਤੇ ਵਾਅਦੇ ਵੀ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸਰਦਾਰ ਸਿੱਧੂ ਪੰਜਾਬ ਦੇ ਸਿਹਤ ਮੰਤਰੀ ਹਨ ਤੇ ਉਹਨਾਂ ਨੂੰ ਨਗਰ ਨਿਗਮ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਥਾਂ ਸ਼ਹਿਰ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ। ਮੋਹਾਲੀ ਤੋਂ ਸਕਾਈ ਹੱਕ ਟਾਈਮਜ਼ ਦੀ ਰਿਪੋਰਟ।